ਡਾਕਟਰ ਲਿਖ ਕੇ ਤੈਨੂੰ ਦੇ। ਹਾਂ, ਇੱਕ ਦਿਨ ਥੋੜ੍ਹਾ ਜਿਹਾ ਮੀਂਹ ਆਇਆ, ਥੋੜ੍ਹੇ ਜਿਹੇ ਬੱਦਲ ਹੋਏ, ਨੂਰ ਨੂੰ ਲੱਗ ਗਿਆ ਜ਼ੁਕਾਮ ਅਤੇ ਖੰਘ। ਹਾਂ, ਠੰਡਾ ਜੂਸ ਪੀ ਲਿਆ, ਗਰਮੀ ਸੀ ਬਾਹਲੀ ਤਾਂ ਲੱਗ ਗਿਆ। ਹੈ ਨਾ, ਆ ਗਈ ਹੋਏ ਤੇਰੀ ਗੱਲ 'ਤੇ, ਊਈਆਂ ਮੁੜਕਾ ਆਇਆ। ਇਹ ਬੰਦ ਹੋ ਗਈ, ਟੂਟੀ ਚੱਲੀ ਜਾਂਦੀ ਸੀ ਤਾਂ ਧਿਆਨ ਨਹੀਂ ਮਾਰਿਆ। ਦੁਬਾਰਾ ਆਈ, ਫੁੱਲ ਚੱਲਦੀ ਹੈ, ਪਹਿਲਾਂ ਇੰਨੀ ਚੱਲਦੀ ਹੁੰਦੀ ਸੀ, ਵਾਲ ਜਿਹਾ ਬਦਲਣ ਤੋਂ ਪਹਿਲਾਂ। ਇਹਦੇ ਵਿੱਚ ਹਾਂ, ਇਹਦੇ ਵਿੱਚ ਨਹਿਰ ਦਾ ਪਾਣੀ ਹੈ ਕਿ ਵੈਸੇ ਨੂਰ ਨੇ ਰੇਤਾ ਪਾਇਆ ਹੋਇਆ, ਮੈਂ ਤੜਕੇ ਭਰਦਾ। ਅੱਛਾ, ਤਾਂ ਐਵੇਂ ਧੁੰਦਲਾ ਜਾ ਹੋ ਗਿਆ ਨਾ, ਮੈਂ ਸੋਚਿਆ ਨੂਰ ਨੇ ਪਾਣੀ ਉਹ ਪਾਇਆ ਰੇਤਾ। ਦੀਵੇ ਨੂੰ ਚੱਕਦਾ, ਜਗਦੇ ਹੋਏ ਮੱਚ ਨਾ ਜਾਵੇ। ਰੰਗ ਥੱਲੇ ਵੀ ਲੱਗਿਆ। ਹਾਂ, ਕੀ ਕਹਿੰਦਾ, ਫੂਕ ਮਾਰਤੀ ਕਹਿੰਦਾ ਦੀਵੇ ਦੀ। ਉੱਤੇ ਕਿਵੇਂ ਚੜ ਜਾਂਦਾ, ਕੀ ਲਾ ਕੇ ਲਿਆ। ਰੇਤਾ ਨਾ ਉੱਡੇ, ਇਹ ਪ੍ਰਬੰਧ ਆ ਹੈਨਾ। ਉਹ ਕਰਵਾ ਚ ਕੱਢੀ, ਕੱਢ ਰੱਖੀ। ਕਰੀ ਦੇ ਪਹਿਲਾਂ ਹੀ ਕਰਦੇ, ਰੇਤਾ ਹੁਣ ਤਾਂ ਉੱਡਦੇ ਨਹੀਂ, ਨੇਰੀ ਆਉਂਦੀ ਨਹੀਂ, ਕਿੰਨੇ ਦਿਨ ਹੋ ਗਏ। ਗੁੱਡ ਮਾਰਨਿੰਗ, ਚੋਰ ਦੀ ਮੰਮੀ ਤੜਕੇ ਤੜਕੇ ਮੋਰਨਿੰਗ ਨਾਲ ਅਨਿੱਕੀ ਜਿਹੀ ਬੁੱਕ ਚੱਕ ਲਈ। ਧੁੱਪ ਵੀ ਆ ਗਈ ਹੈਨਾ, ਸਤਨਾਮ ਵਾਹਿਗੁਰੂ। ਇੱਧਰ ਵੇਖੀ, ਕੀ ਕਹਿੰਦਾ, ਉਹ ਡਿੱਗ ਗਿਆ, ਹੋ ਗਈ ਲੜਾਈ। ਪੰਪ ਡੱਬਲੀ ਵਾਲੀ ਬੱਸ ਜਾਂਦੀ ਹੈ, ਕਟਾਰਾ ਬੱਸ ਆ, ਕੱਲ੍ਹ ਥਕਾ ਤਾ ਮੈਨੂੰ ਬੱਸ, ਕੀ ਕਟਾਰਾ, ਸੜਕ ਕਟਾਰਾ। ਰਾਹ ਕੱਢੀ ਜਾਂਦਾ, ਆਪਣਾ ਠੇਡਾ ਬਿੰਗਾ ਪਿਆ ਗਾ, ਤਾਂ ਕਰਕੇ ਹੁੰਦਾ ਗਾ, ਤੂੰ ਪਾਣੀ ਨਾ ਪਈ, ਚੰਗਾ 12 ਕੁ ਵਜੇ ਸੈੱਟ ਕਰ ਦਾਂਗੇ। ਹਾਂ, ਪਾਣੀ ਜਿਹੜਾ ਹੈਗਾ ਆਪ ਹੀ ਕੱਢ ਦੀ।